लो जी अपने टिकटा ले लिया आ गया समान अपना फिर करम हेलो सत श्रीकाल की हाल चाल स्वागत ढा सा यूट्यूब चैनल जिनका नाम है हैप्पी पुनो लो जी आप लो जी पकाती शुरुआत मैं चलिया थोड़ी गड्डी का अलाइनमेंट करवानी ही व्हील बैलेंसिंग करवानी ही शामी वेट आप कितने जाने आओ चलीए पुराने शीटा साहब दर्शन करिए चलो चंगा जी आओ चलिए लो जी गड्डी मैं आ गया तो इतने पहुँच चलना जितों अलाइनमेंट करवानी मैं तो लुक दसो तुम कि लगी अभी पहली बार वेखा ना पग च मैं पुलसिया रंग की तो आओ आप करा लीए अलाइनमेंट फिर आप चलते अलाइनमेंट व्हील बैलेंसिंग नहीं हुई लाइट गई हुई सी तो हम मैं आ गया वहां शहीदा साहब आओ दर्शन करिए आप लो जी आप हो गए हैं रेडी तो टाइम बज गए ने पांच तो आप चले हाँ फिल्म वेखन कड़ी फिल्म वेखन चले हैं ये थानू पता लग ही जाना उत्ते टाइटल च तो कितने पता लगना फिल्म वेखते हैं यार मैं तितलियां वर्गा तो हाँ तो वेखते आप शो अपन मिलता साढ़े पांच वाला अगर नहीं मिलता तो वेखो की बनता है हाँ तैयार हो गया नहीं तो वेखो जी अरे मैं भी बैठी तैयार हो गई तो मैं तो मैंने पहला ही वेख चुके जी हम आप आओ आप चलते उ टिकट टुकट लेने कोल्ड ड्रिंक कोल्ड ड्रिंक पीने ठंडी ठंडी चलो मौसम बड़ा वधिया आ गया नेरी आँदी पूरी नेरी पूरी छाई पई चलो आओ मिलते आप उत्थे जाके आओ जी अभी पहुँच गए पी वी आर बस स्टैंड के लागे जाते लो जी अपने टिकटा ले लिया चलो चलो रहमत पापा का हैंड फड़ो लो जी आप अंदर आ चुके हैं तो अपनी साढ़े पाँच बजे का शो है अपना तो आप वेटिंग वेट करते थोड़ी दस मिनट रह गए वैसे तो फिर आप फिल्म का इंजॉय करा चलो क्यों डर पता लगा आगे जी आगे जी आप आगे पहुंच चुके हैं पास से फिर हमने ज्वाइन करा लिया जी फिल्म आप वेख ली फिल्म सी पूरी एंड उन्हें प्यार भी उन्हें ना किया विह भी अखीर से उसे निकल आई कि लगी वधिया सी मैं तो रोन आ गया
ਰੋਣਾ ਪੀ ਰਹਿਮਤ ਬਰਗਰ ਖਾਣ ਦੀ ਹੀ ਰਮਾਨ ਨਾਲ ਰਹਿਮਤ ਠੰਡ ਲੱਗੀ ਰਹਿਮਤ ਠੰਡ ਬੜੀ ਮੈਂ ਕੋਲਿੰਗ ਬੜੀ ਜ਼ਬਰਦਸਤ ਸੀ ਚਲੋ ਹੁਣ ਆਪਾਂ ਥੋੜ੍ਹਾ ਬੜਾ ਖਾ ਲਈਏ ਅਤੇ ਫਿਰ ਆਪਾਂ ਚੱਲਦੇ ਹਾਂ ਘਰਾਂ ਨੂੰ ਅਤੇ ਬਾਕੀ ਵਲੋਗਾਂ ਵਾਂ ਕਰਾਂਗੇ ਕੰਟੀਨਿਊ ਸਵੇਰੇ ਚਲੋ ਚੰਗਾ ਜੀ ਲਓ ਜੀ ਰੈਡੀ ਸ਼ਰੀ ਹੋ ਗਏ ਸ਼ਾਮ ਹੋ ਗਈ ਹੈ ਅਤੇ ਪੂਨਮ ਗਈ ਬਹਿ ਕੇ ਉੱਥੇ ਰੈਸਪੀ ਚੱਲਦੀ ਪਈ ਹੈ ਕਿਹੜੀ ਚੱਲਦੀ ਪਈ ਹੈ ਚਿਕਨ ਦੀ ਚੱਲਦੀ ਪਈ ਚਿਕਨ ਦੀ ਰੈਸਪੀ ਚੱਲਦੀ ਪਈ ਹੈ ਉੱਧਰ ਤੁਹਾਨੂੰ ਖਾਤੀ ਹੋਣੀ ਉਹਨੇ ਅਤੇ ਮੈਂ ਚੱਲਿਆ ਰਹਿਮਤ ਲੈਣ ਚਲੋ ਆਪਾਂ ਚੱਲਦੇ ਹਾਂ ਫਿਰ ਕੇਕ ਲੈਂਦੇ ਹਾਂ ਅਤੇ ਕਟਿੰਗ ਕਰਾਂਗੇ ਚਲੋ ਆਓ ਚੱਲੀਏ ਪਹਿਲਾਂ ਵੇਖ ਲਈ ਸੀ ਅਸੀਂ ਅਗਲ ਰਾਤੀ ਰੋਟੀ ਰੋਟੀ ਖਾ ਕੇ ਘਰ ਆ ਗਏ ਅੱਜ ਹੋ ਗਿਆ ਅਗਲਾ ਦਿਨ ਅੱਜ ਹੈਗਾ ਵਾ ਮੇਰੇ ਪਾਪਾ ਦਾ ਬਰਥਡੇ ਅੱਜ ਮੈਂ ਆਈ ਆਪਣੇ ਮੰਮੀ ਵੱਲ ਅਤੇ ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਆਖਿਆ ਸੀ ਅੱਜ ਅਸੀਂ ਬਰਥਡੇ ਸੈਲੀਬ੍ਰੇਟ ਕਰਾਂਗੇ ਹਫ਼ਤੇ ਬਾਅਦ ਇੱਕ ਟੀਚਰ ਆਖਿਆ ਸੀ ਮਨਪ੍ਰੀਤ ਕੌਰ ਜੇ ਸਾਡੇ ਸਬਸਕ੍ਰਾਈਬਰ ਆ ਉਹਨਾਂ ਦਾ ਮੈਸੇਜ ਹੀ ਆਇਆ ਕ੍ਰਿਸ਼ਿਸ ਵੱਲੋਂ ਅੱਜ ਅਸੀਂ ਉਹ ਬਣਾਉਣ ਜਾ ਰਹੇ ਹਾਂ ਅਤੇ ਚਲੋ ਤੁਹਾਨੂੰ ਦਿਖਾਈਏ ਨਾਲ ਨਾਲ ਹਾਂਜੀ ਗਾਇਸ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਚਿਕਨ ਦੀ ਰੈਸਪੀ ਅਤੇ 3 ਕਿਲੋ ਚਿਕਨ ਆ ਇਹਦੇ ਵਿੱਚ ਅਸੀਂ ਪਾਵਾਂਗੇ 3 ਲੈਮਨ ਜੂਸ 3 ਨਿੰਬੂ ਲਿੱਤੇ ਆ ਉਹ ਅਸੀਂ ਜੂਸ ਪਾ ਤਾ ਅਤੇ ਇਹਦੇ ਵਿੱਚ ਪਾਵਾਂਗੇ 3 ਚਮਚ ਲੂਣ ਪਾਵਾਂਗੇ ਨਮਕ 3 ਚਮਚ ਨਮਕ ਪਾ ਤਾ ਇਹਦੇ ਵਿੱਚ ਫਿਰ ਅਸੀਂ ਪਾਵਾਂਗੇ 1 ਚਮਚ ਗਰਮ ਮਸਾਲਾ ਚਮਚ ਗਰਮ ਮਸਾਲਾ ਹਾਫ ਚਮਚ ਵਿੱਚ ਪਾਵਾਂਗੇ ਕਾਲੀ ਮਿਰਚ ਅਤੇ ਥੋੜ੍ਹਾ ਜਿਹਾ ਅਸੀਂ ਪਾਵਾਂਗੇ ਇਹਦੇ ਵਿੱਚ ਅਜਵਾਇਣ ਫਲੇਵਰ ਅਨੁਸਾਰ ਜ਼ਿਆਦਾ ਨਹੀਂ ਪਾਉਣੀ ਥੋੜ੍ਹੀ ਜਿਹੀ ਇਸ 'ਚ ਪਾਵਾਂਗੇ ਅਸੀਂ ਦਾਲਚੀਨੀ ਪਾਊਡਰ ਅਤੇ ਇਹਦੇ ਵਿੱਚ ਪਾਵਾਂਗੇ 1 ਵੱਡਾ ਚਮਚ ਮੀਟ ਮਸਾਲਾ ਅਤੇ ਫਿਰ ਬਾਕੀ ਦਾ ਅਸੀਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਦੀ ਪੇਸਟ ਆ ਵੇਖ ਲਓ ਤੁਸੀਂ ਕੁਆਂਟਿਟੀ ਕਿੰਨੀ ਹੈਗੀ ਆ ਅਤੇ ਮਿੱਠਾ ਵੀ ਪਾਵਾਂਗੇ ਥੋੜ੍ਹੀ ਜਿਹੀ ਬਸ ਮਿੱਠਾ ਨਹੀਂ ਆ ਅਤੇ ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਪਾਵਾਂਗੇ ਅਜੀਨੋ ਮੋਟਰ ਬਿਲਕੁਲ ਥੋੜ੍ਹਾ ਜਿਹਾ ਬਸ ਇਹਨੂੰ ਅਸੀਂ ਮੈਰੀਨੇਟ ਕਰਕੇ ਰੱਖ ਦਿੰਦੇ ਮੈਰੀਨੇਟ ਇਹਨੂੰ ਹੋ ਕੇ ਇਹਨੂੰ ਘੱਟੋ ਘੱਟ 1 ਘੰਟਾ ਰੱਖਾਂਗੇ ਅਸੀਂ ਅਤੇ ਫਿਰ ਅਸੀਂ ਤੁਹਾਨੂੰ ਅਗਲੇ ਸਟੈਪ 'ਤੇ ਫਿਰ ਮਿਲਦੇ ਹਾਂ ਲਓ ਜੀ ਆਪਾਂ ਕੇਕ ਲੈਣ ਆਏ ਸੀ ਅਤੇ ਕੇਕ ਆਪਾਂ ਲੈ ਰਿਹਾ ਹੈ ਰਹਿਮਤ ਵੀ ਆ ਗਈ ਹੈ ਟਿਵਿਸ਼ਨ ਤੋਂ ਹੁਣ ਆਪਾਂ ਕੇਕ ਦੀ ਕਰਾਂਗੇ ਕਟਿੰਗ ਕਰਦੇ ਆਪਾਂ ਚਲੋ ਕੱਟੋ ਚਲੋ ਕੱਟੋ ਕੇਕ ਚਲੋ ਹੁਣ ਕਰੋ ਹੈਪੀ ਬਰਥਡੇ ਹੈਪੀ ਬਰਥਡੇ ਮਾਂ ਖਾਣਾ ਚਮਚਾ ਨਾ ਕਰਾਈ ਮਾਂ ਖਾਣਾ ਜੀ ਕਿਹੜੇ ਕਿਹੜੇ ਮਾਂ ਖਾਣਾ ਜੀ ਲੈ ਲੈ ਆਇਆ ਕਿ ਸਰੀ ਚਮਚਾ ਲੋ ਜੀ ਫੁੱਫੜੀ ਆ ਗਏ ਸਾਡੇ ਜੇ ਤੁਸੀਂ ਜਾਇਆ ਦੁੱਧ ਇੱਕ ਚੁੰਨੀ ਵੀ ਲੈ ਸਕਦਾ ਜੇ ਮੈਂ ਲੈ ਲਾ ਜੇ ਲੋ ਲੋ ਮਾਰਾ ਲੋ ਜੀ ਇੱਧਰ ਹੋਣ ਲੱਗੀ ਏ ਫਰਾਈ ਦੀ ਤਿਆਰੀ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀ ਪੈ ਗਏ ਨੇ ਚਿਕਨ ਮੈਰੀਨੇਟ ਕਰਕੇ ਰੱਖਤਾ ਆ ਤੇ ਚਾਂਡੇ ਪਾਏ ਅਸੀਂ 6 ਅੰਡੇ ਪਾਏ ਤੇ ਨਮਕ ਥੋੜਾ ਜਿਹਾ ਮਤਲਬ ਹਾਫ ਚਮਚ ਸਵਾਦ ਅਨੁਸਾਰ ਕਿਉਂਕਿ ਉਹ ਚਿਕਨ ਨੂੰ ਲੱਗਾ ਤੇ ਖਾਣਾ ਤੇ ਖਾ ਲੋ ਘੱਟ ਖਾਣਾ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਫਲੇਵਰ ਆ ਜਾਵੇ ਤੇ ਥੋੜੀ ਜਿਹੀ ਸੀ ਇਹ ਚ ਲਾਲ ਮਿਰਚ ਪਾਵਾਂਗੇ ਤੇ ਹੁਣ ਅਸੀਂ ਇਹਨੂੰ ਫੈਂਟ ਲਾਂਗੇ ਸਾਰਾ ਮਿਕਸ ਕਰ ਲੈਣਾ ਵਾ ਇਹਦੇ ਵਿੱਚ ਅਸੀਂ ਪਾਵਾਂਗੇ ਮੈਦਾ
ਵੱਡਾ ਚਮਚ ਇਹ ਹੈ ਮੈਦਾ ਉਹ ਹੋਈ ਨਹੀਂ ਕਰਕੇ ਜਿੰਨੀ ਸਾਨੂੰ ਮੈਦਾ ਬਾਅਦ ਇਹਨੂੰ ਲਾ ਲਓ ਨਾ ਆਪਾਂ ਮਿਕਸ ਕਰ ਲੈਣਾ ਹਲ ਆਈ ਆ ਗ੍ਰੈਂਡ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਅੱਛਾ ਪੂਰੀ ਮਲੈਣੀ ਆ ਜੀ ਪਤਲਾ ਕਰ ਲੈਣਾ ਹੈਂਡ ਬਲੈਂਡਰ ਨਾਲ ਕਰ ਦਿਓ ਭਾਵੇਂ ਅੱਧਾ ਦਾ ਲੈਗ ਪੀਸ ਫਿਰ ਕ੍ਰੰਬਸ ਆ ਇਹ ਬ੍ਰੈਡ ਕ੍ਰੰਬਸ ਇੱਦਾਂ ਦਾ ਲਾਉਣੇ ਇਹ ਤਾਂ ਕੜਾਹੀ ਹੋ ਰਹੀ ਗਰਮ ਪਲੇਟ ਦੇ ਲਓ ਜੀ ਇੱਦਾਂ ਲਾ ਕੇ ਬ੍ਰੈਡ ਕ੍ਰੰਬਸ ਇੱਦਾਂ ਚੱਲਿਆ ਡੀਪ ਫਰਾਈ ਮਾਰਦਾ ਵਾਲੇ ਇਹਨੂੰ ਪਕਾ ਲਈਏ ਬਾਈ ਇੱਦਾਂ ਬਰਾਊਨ ਹੋ ਗਿਆ ਏ ਅਤੇ ਹੁਣ ਲੱਗਾ ਆਉਣਾ ਹੈਪੀ ਦੇ ਕੋਲ ਬਹਿ ਕੇ ਖਾਣਗੇ ਹੈਪੀ ਪੁਣੋਂ ਬਲੌਗ ਵਾਲੇ ਚਲੋ ਆਉਂਦਾ ਪਲੇਟ 'ਚ ਪੈ ਗਏ ਫਿਰ ਆਪਾਂ ਦੱਸ ਦਿਓ ਬਸ ਖਾ ਗਏ ਤੁਹਾਨੂੰ ਲਓ ਜੀ ਇੱਧਰ ਆ ਗਿਆ ਇਹ ਚਿਕਨ ਵੇਖੋ ਸ਼ਕਲ ਵੇਖੋ ਇੱਧਰ ਨਾਲ ਲਓ ਫੜੀ ਕਰੋ ਟਰਾਈ ਚੁੱਕੋ ਲੈਗ ਇੱਧਰ ਆ ਗਏ ਫੜੀ ਆਪਣੇ ਗਾਇਸ ਲੈਗ ਵੀ ਹੈ ਔਰ ਲੈਗ ਵੀ ਹੈ ਔਰ ਲੈਗ ਇਤਨਾ ਓ ਮਾਈ ਗਾਡ ਕਿੱਦਾਂ ਸਹੀ ਹੈ ਕੀ ਬਾਤ ਸਹੀ ਬਣਿਆ ਬਹੁਤ ਵਧੀਆ ਕੀ ਡਾਲਾ ਹੈ ਭਾਈ ਸਾਹਿਬ ਆਪਣੇ ਇਹ ਤਾਂ ਬਾਅਦ ਲੋਕ ਪੂਰਾ ਟੀ ਚੈੱਕ ਕਰ ਲਿਓ ਫਿਰ ਤੁਹਾਨੂੰ ਬੜਾ ਲੱਗ ਜਾਏਗਾ ਓ ਮਾਈ ਗੋਡ ਕੀ ਕੀ ਪਿਆ ਵਿੱਚ ਉੱਧਰ ਬੈਠੇ ਤੁਹਾਡੇ ਸਾਹਮਣੇ ਨੀ ਮੈਂ ਪੀਣੀ ਨੀ ਮੈਂ ਖਾਈ ਤੁਹਾਨੂੰ ਨਾਲ ਇੱਧਰ ਬੀਅਰ ਪਾਲਟੀ ਪੂਰੀ ਪਾਲਟੀ ਪੂਰੀ ਚੱਲਣ ਦੀ ਮੋਬਾਇਲ ਚ ਲੱਗਿਆ ਪੁਜੀ ਨੇ ਲਓ ਜੀ ਆਪਾਂ ਆ ਗਏ ਆ ਘਰੇ ਫਿਲਮ ਵੀ ਵੇਖ ਲਈ ਬਰਥਡੇ ਇੰਜੋਏ ਵੀ ਕਰ ਲਿਆ ਬਹੁਤ ਵਧੀਆ ਆਪਾਂ ਰਹੇ ਆ ਫੁੱਲ ਇੰਜੋਏ ਕੀਤਾ ਆਪਾਂ ਅਤੇ ਵਲੋਗ ਜੇ ਆਪਾਂ ਕਰਦੇ ਆਪਾਂ ਇੱਥੇ ਹੀ ਐਂਡਿੰਗ ਬਹੁਤ ਆਪਾਂ ਲੰਬਾ ਨਾ ਖਿੱਚੀ ਇਹਨੂੰ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਹੈਪੀ ਪੂਨਮ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸੇ ਤਰ੍ਹਾਂ ਨਵੇਂ ਨਵੇਂ ਵਲੋਗ ਹੁੰਦੇ ਰਹਿਣਗੇ ਤੁਹਾਡੇ ਸਾਹਮਣੇ ਨਵੀਂ ਨਵੀਂ ਰੈਸਪੀ ਆਉਂਦੀਆਂ ਰੈਸਪੀ ਨਵੀਆਂ ਨਵੀਆਂ ਰੈਸਪੀ ਕਿਵੇਂ ਲੱਗੀ ਇਹ ਤੁਸੀਂ ਦੱਸਣਾ ਅੱਗੋਂ ਕਿਹੜੀ ਰੈਸਪੀ ਆਵੇ ਇਹ ਵੀ ਤੁਸੀਂ ਦੱਸਣੀ ਅਤੇ ਚਲੋ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਵਲੋਗ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ